ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਧ ਕੈ ਸੰਗ ਕਲੂਖਤ ਹਰੈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀਓ ਸਾਧ ਕੈ ਸੰਗ ਕਲੂਖਤ ਹਰੈ ਸਾਧ ਸੰਗਤ ਵਿੱਚ ਕਿਤਨੀਆਂ ਵਰਕਤਾਂ ਹਨ ਕਿਤਨੀਆਂ ਅਮੋਲਕ ਦਾਤ ਸਾਡੀ ਝੋਲੀ ਵਿੱਚ ਪੈਂਦੀਆਂ ਹਨ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਹਨ ਸਾਧ ਕੈ ਸੰਗ ਕਲੂਖਤ ਹਰੈ ਸੰਤਾਂ ਦੀ ਸੰਗ ਕਰਕੇ ਜੀਵ ਦੇ ਸਾਰੇ ਹੀ ਪਾਪ ਨਿਵਿਰਤ ਨਾਸ ਹੋ ਜਾਂਦੇ ਹਨ ਸੰਤਾਂ ਦਾ ਸੰਗ ਨਰਕਾਂ ਦੀ ਦੁੱਖਾਂ ਤੋਂ ਬਚਾ ਲੈਂਦਾ ਹੈ ਸੰਤਾਂ ਦਾ ਸੰਗ ਦੁੱਖਾਂ ਕਲੇਸ਼ਾਂ ਪਾਪਾਂ ਦੇ ਨਰਕ ਤੋਂ ਦੂਰ ਕਰ ਦਿੰਦਾ ਹੈ ਆਪ ਜੀ ਨਾਲ ਇਸ ਪੰਕਤੀ ਤੇ ਇੱਕ ਛੋਟੀ ਜੀ ਸਾਖੀ ਸਾਂਝੀ ਕਰਨੀ ਜਾ ਰਿਹਾ ਹਾਂ ਮਿਥਿਲਾਪੁਰੀ ਦੇ ਰਹਿਣ ਵਾਲੇ ਪੂਰਨ ਤਤਵੇਤਾ ਮਹਾਪੁਰਸ਼ ਰਾਜਾ ਜਨਕ ਜੀ ਜਿਨ੍ਹਾਂ ਦੀ ਬਾਬਤ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਸੋ ਐਸੇ ਮਹਾਤਮਾ ਰਾਜਾ ਜਨਕ ਜੀ ਇੱਕ ਦਿਨ ਸੈਰ ਕਰਦੇ ਕਰਦੇ ਜੰਪੂਰੀ ਵਿੱਚ ਪਹੁੰਚੇ ਤਾਂ ਨਰਕਾਂ ਵਿੱਚ ਪਾਪੀ ਜੀਵ ਘਰ ਲਾਉਂਦੇ ਵੇਖ ਕੇ ਉਹਨਾਂ ਤੋਂ ਸਹਿਨਾ ਗਿਆ ਪਾਬ ਵੇਖ ਨਾ ਹੋਇਆ ਧਰਮਰਾਜ ਨੂੰ ਕਹਿਣ ਲੱਗੇ ਇਹਨਾਂ ਸਾਰਿਆਂ ਨੂੰ ਭਾਈ ਛੱਡ ਦੇ ਅੱਗੋਂ ਧਰਮਰਾਜ ਜੀ ਨੇ ਕਿਹਾ ਰਾਜਾ ਜੀ ਸੰਤ ਜੀ ਪ੍ਰਭੂ ਦੇ ਹੁਕਮ ਅਨਸਾਰ ਇਹ ਆਪਣੇ ਕੀਤੇ ਪਾਪਾਂ ਦੇ ਫਲ ਭੋਗ ਰਹੇ ਹਨ ਜੇਕਰ ਆਪ ਜੀ ਇਹਨਾਂ ਨੂੰ ਛਡਵਾਉਣਾ ਚਾਹੁੰਦੇ ਹੋ ਆਪ ਜੀ ਕੋਈ ਐਸੀ ਚੀਜ਼ ਐਸੀ ਕੋਈ ਵਸਤੂ ਬਖਸ਼ੋ ਜਿਸ ਨਾਲ ਇਹਨਾਂ ਦੇ ਪਾਪ ਖਤਮ ਹੋ ਜਾਣ ਤਾਂ ਇਹੇ ਨਰਕਾਂ ਵਿੱਚੋਂ ਨਿਕਲ ਸਕਦੇ ਹਨ ਉਸ ਵੇਲੇ ਪਰਉਪਕਾਰੀ ਤਤਵੇਤੇ ਮਹਾਤਮਾ ਰਾਜਾ ਜਨਕ ਜੀ ਨੇ ਤੱਕੜੀ ਦੇ ਇੱਕ ਪਾਸੇ ਆਪਣਾ ਭਜਨ ਪ੍ਰਤਾਪ ਬੰਦਗੀ ਦੇ ਵਿੱਚੋਂ ਇੱਕ ਘੜੀ ਦਾ ਸਿਮਰਨ ਤੱਕੜੀ ਦੇ ਇੱਕ ਛਾਬੇ ਵਿੱਚ ਰੱਖਿਆ ਦੂਜੇ ਪਾਸੇ ਉਹਨਾਂ ਜੀਵਾਂ ਦੇ ਪਾਪ ਪਾਏ ਗਏ ਸਿਮਰਨ ਦੀ ਸ਼ਕਤੀ ਨਾਲ ਜੀਵਾਂ ਦੇ ਪਾਪ ਖਤਮ ਕਰਕੇ ਨਾਮ ਵਾਲਾ ਪਲੜਾ ਫਿਰ ਵੀ ਭਾਰੀ ਰਿਹਾ ਇਸ ਢੰਗ ਨਾਲ ਰਾਜੇ ਜਨਕ ਨੇ ਸਾਰੇ ਹੀ ਨਰਕਾਂ ਦੇ ਜੀਵ ਛੁਡਵਾ ਦਿੱਤੇ ਸਾਂ ਦੇਖੋ ਨਾ ਨਾਮ ਦੇ ਵਿੱਚ ਕਿੰਨੀ ਪਾਵਰ ਹੈ ਅਸੀਂ ਇਤਨਾ ਤਰਕ ਕਰਦੇ ਹਾਂ ਕਿ ਨਾਮ ਜਪਣ ਨਾਲ ਸਾਨੂੰ ਰੋਟੀ ਮਿਲ ਜਾਵੇਗੀ ਨਾਮ ਜਪਣ ਨਾਲ ਸਾਨੂੰ ਕੀ ਹੋ ਜਾਵੇਗਾ ਬਹੁਤ ਹੀ ਲੋਕਾਂ ਦਾ ਇਹ ਸਵਾਲ ਹੁੰਦਾ ਹੈ ਜਿਨ੍ਹਾਂ ਨੇ ਆਪ ਕੁਝ ਨਹੀਂ ਕਰਨਾ ਹੋਰਨਾਂ ਦਾ ਦਿਲ ਵੀ ਹੋਰਨਾਂ ਦਾ ਮਨ ਵੀ ਤੋੜਨਾ ਹੈ ਉਹਨਾਂ ਦੇ ਇਹ ਬੋਲ ਹੁੰਦੇ ਆ ਕਿ ਨਾਮ ਨਾਲ ਕੀ ਹੋ ਜਾਵੇਗਾ ਸੋ ਇਸ ਤਰ੍ਹਾਂ ਅਸੀਂ ਆਪਜੀ ਨਾਲ ਨਾਮ ਦੇ ਪਰਥਾਈ ਸਾਧ ਸੰਗਤ ਦੇ ਪਰਥਾਈ ਇਹ ਬਹੁਤ ਸੂਖਮ ਸਾਖੀਆਂ ਸਾਂਝੀਆਂ ਕਰਦੇ ਰਹੀਦਾ ਹੈ ਆਪ ਜੀ ਦੀ ਕਿਰਪਾ ਨਾਲ ਕਰਦੇ ਰਵਾਂਗੇ ਸੋ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਇਸ ਭਗਤ ਬਾਰੀ ਇਸ ਰਾਜੇ ਬਾਰੀ ਉਹ ਉਚਾਰਨ ਕਰਦੇ ਹਨ ਆਓ ਇਸ ਵਾਰ ਨੂੰ ਆਪਾਂ ਸਰਵਣ ਕਰੀਏ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਭਗਤ ਵੱਡਾ ਰਾਜਾ ਜਨਕ ਹੈ ਗੁਰਮਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚੱਲਿਆ ਗਣ ਗੰਦਰਬ ਸਭਾ ਸੁਖ ਵਾਸੀ ਜੰਪੂਰ ਗਿਆ ਪੁਕਾਰ ਸੁਣ ਬਿਲ ਲਾਵਨ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖੇ ਓਨ ਸਬਨਾਂ ਦੀ ਕਰ ਬੰਦ ਖਲਾਸੀ ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਬਿਨਾਸੀ ਗਹਿਣੇ ਧਰਿਓਨ ਇਕ ਨਾਉ ਪਾਪਾਂ ਨਾਲ ਕਰੈ ਨਿਰਜਾਸੀ ਪਾਸੰਗ ਪਾਪ ਨਾ ਪੁਜਨੀ ਗੁਰਮੁਖ ਨਾਉ ਅਤਲ ਨਾ ਤੁਲਾਸੀ ਨਰਕ ਹੋਂ ਛੁਟੇ ਜੀ ਅਜੰਤ ਕੱਟੀ ਗਲ ਹੋਂ ਸਿਲਕ ਜਮ ਫਾਸੀ ਮੁਕਤ ਜੁਗਤ ਨਾਵੇ ਦੀ ਦਾਸੀ ਹੋਇਆ ਨਾ ਨਾਮ ਵੱਡਾ ਭਾਈ ਗੁਰਦਾਸ ਜੀ ਕਹਿੰਦੇ ਕਿ ਜਿਹੜੀ ਮੁਕਤੀ ਵਾਸਤੇ ਜਿਹੜੀ ਜੁਗਤੀ ਵਾਸਤੇ ਜਿਹੜੇ ਚਾਰ ਪਦਾਰਥਾਂ ਵਾਸਤੇ ਦੁਨੀਆ ਲਿਲਕੜੀਆਂ ਕੜਦੀ ਫਿਰਦੀ ਹੈ ਉਹ ਚਾਰ ਪਦਾਰਥ ਨਾਮ ਦੇ ਨਾਮੀ ਦੇ ਨਾਮ ਜਪਣ ਵਾਲੇ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਹਾਂ ਪਾਤਸ਼ਾਹ ਜੀ ਦਾ ਗੁਰਬਾਣੀ ਵਿੱਚ ਇੱਕ ਬਚਨ ਹੈ ਪਾਤਸ਼ਾਹ ਜੀ ਫਰਮਾਉਂਦੇ ਹਨ ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਅਤ ਰਹਿ ਏਕ ਸ਼ਬਦ ਲਿਵ ਲਾਏ ਨਵ ਨਿੱਦੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਭੁੱਲਾ ਨੱਚ ਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ